ਪੰਜਾਬ ਦੇ ਮਾਪਿਆਂ ਵੱਲੋਂ ਆਪਣੇ ਦਿਲ 'ਤੇ ਪੱਥਰ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਅਤੇ ਉਹਨਾਂ ਦੇ ਮਨਾਂ ਅੰਦਰ ਇੱਕ ਡਰ ਵੀ ਹੁੰਦਾ ਕਿ ਉਹਨਾਂ ਦੇ ਬੱਚੇ ਵਾਪਸ ਪੰਜਾਬ ਆਉਣਗੇ ਜਾਂ ਨਹੀਂ। ਅਜਿਹਾ ਹੀ ਹੋਇਆ ਪੰਜਾਬ ਦੇ ਇੱਕ ਪਰਿਵਾਰ ਨਾਲ। ਆਸਟ੍ਰੇਲੀਆ ਦੇ ਐਡੀਲਡ 'ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ 'ਚ ਪੰਜਾਬ ਦੇ ਇੱਕ ਨੌਜਵਾਨ ਜਤਿੰਦਰ ਬਰਾੜ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਇੱਕ ਮਹਿਲਾ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਹ ਤੇਜ਼ ਰਫ਼ਤਾਰ 'ਚ ਗੱਡੀ ਚਲਾ ਰਹੀ ਸੀ। ਮਹਿਲਾ 4 ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ ਅਤੇ ਮਹਿਲਾ ਵੱਲੋਂ ਇਸ ਤਰ੍ਹਾਂ ਦੀ ਲਾਪਰਵਾਹੀ ਵੀ ਵਰਤੀ ਗਈ। ਗੱਡੀ ਭਜਾਉਂਦੇ ਹੋਏ ਮਹਿਲਾ ਨੇ ਸੜਕ 'ਤੇ ਜਤਿੰਦਰ ਬਰਾੜ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਦੀ ਖਬਰ ਜਦ ਪੰਜਾਬ ਭੇਜੀ ਗਈ ਤਾਂ ਜਤਿੰਦਰ ਦੀ ਮਾਤਾ ਆਸਟ੍ਰੇਲੀਆ ਆਈ ਅਤੇ ਉਹਨਾਂ ਨੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਉਣ ਦੀ ਮੰਗ ਕੀਤੀ। ਦੱਸ ਦਈਏ ਕਿ ਹਾਦਸੇ ਸਮੇਂ ਪੁਲਿਸ ਮਹਿਲਾ ਡਰਾਈਵਰ 'ਤੇ ਹੈਲੀਕਾਪਟਰ ਦੇ ਰਾਹੀਂ ਨਿਗਰਾਨੀ ਕਰ ਰਹੀ ਸੀ ਅਤੇ ਜ਼ਮੀਨ 'ਤੇ ਮੌਜੂਦ ਪੁਲਿਸ ਨੂੰ ਜਾਣਕਾਰੀ ਦੇ ਰਹੀ ਸੀ ਕਿ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ। ਜਦ ਮਹਿਲਾ ਕਾਰ ਤੋਂ ਨਿਕਲ ਕੇ ਥੋੜ੍ਹੀ ਦੂਰ ਭੱਜੀ ਤਾਂ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਹੁਣ ਮਹਿਲਾ ਪੁਲਿਸ ਕਸਟਡੀ 'ਚ ਹੈ ਅਤੇ ਉਸ 'ਤੇ ਕਤਲ ਦੇ ਦੋਸ਼ ਦੇ ਨਾਲ ਨਾਲ ਹੋਰ ਕਈ ਦੋਸ਼ ਵੀ ਲਾਏ ਗਏ ਹਨ। ਨਸ਼ੇ ਦੀ ਆੜ 'ਚ ਮਹਿਲਾ ਨੇ ਜਤਿੰਦਰ ਨੂੰ ਮੌਤ ਤਾਂ ਦੇ ਦਿੱਤੀ ਪਰ ਉਸ ਦੀ ਮਾਂ ਦੀ ਕੁੱਖ ਵੀ ਉਜਾੜ ਦਿੱਤੀ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਬਿਊਰੋ ਰਿਪੋਰਟ।